ਦੀਆਂ ਸੌਖਾ ਨਹੀਂ ਕੁਝ ਮਿਲਿਆ ਮਿਲਿਆ ਜਾਨ ਅਦਾ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਲੈ ਕੇ ਆਏ ਮੋਰਨੀ ਦਸਤਾਰ। ਬਹੁਤ ਵੀਰਾਂ ਡਿਮਾਂਡ ਸੀ ਕਿ ਮੋਰਨੀ ਦਸਤਾਰ ਦੀ ਜੋ ਵੀਡੀਓ ਲੈ ਕੇ ਵੀਡੀਓ ਅਪਲੋਡ ਕਰੋ। ਅੱਜ ਆਪਾਂ ਉਹਨਾਂ ਵੀਰਾਂ ਡਿਮਾਂਡ 'ਤੇ ਵੀਡੀਓ ਲੈ ਕੇ ਆਏ ਜੀ, ਜੋ ਵੀ ਚੈਨਲ ਦੇ ਨੇ ਉਹਨਾਂ ਦਾ ਬਹੁਤ ਸਵਾਗਤ ਹੈ। ਜਿਹਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਲਿਆ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਦਿਉ। ਜਿਹਨੇ ਮੇਰਾ ਚੈਨਲ ਸਬਸਕ੍ਰਾਈਬ ਕਰਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਜੋ ਪਹਿਲਾਂ ਲਗਾਉਣਾ ਹੈ ਆਪਾਂ ਸਿਰ ਦੇ ਬਿਲਕੁਲ ਸੈਂਟਰ 'ਚੋਂ ਲਿਆ ਕੇ ਅੱਧੀ ਗੱਲ ਅਤੇ ਅੱਧੀ ਅੱਖ ਢੱਕ ਕੇ ਲਗਾ ਦੇਣਾ ਹੈ ਪੂਰੀ ਸਫਾਈ ਦੇ ਵਿੱਚ। ਜੋ ਅਗਲਾ ਲਗਾਉਣਾ ਹੈ ਬੈਕ ਤੋਂ ਦੱਬ ਕੇ ਹਲਕਾ ਜਿਹਾ, ਜੋ ਆਪਾਂ ਪਹਿਲਾਂ ਲਗਾਈ ਉਸ ਤੋਂ ਅੱਧੀ ਉਂਗਲ ਹੇਠਾਂ ਰੱਖ ਕੇ ਉੱਪਰੋਂ ਸਾਫ਼ ਕਰਕੇ ਇੱਕ ਜਾਂ ਦੋ ਵਾਰ ਲੜ ਮੋੜ ਕੇ ਚੰਗੀ ਤਰ੍ਹਾਂ ਸੈੱਟ ਕਰਕੇ ਲੜ ਨੂੰ ਲਗਾ ਦੇਣਾ ਹੈ। ਲੜ ਲਗਾਉਣ ਤੋਂ ਬਾਅਦ ਜੋ ਆਪਾਂ ਬਾਜ ਦੇ ਨਾਲ ਪੇਚ ਦੀ ਸਫਾਈ ਕਰ ਲੈਣੀ ਹੈ। ਜੋ ਪੇਚ ਦਾ ਫਾਸਲਾ ਹੈ ਤੁਸੀਂ ਦੇਖ ਰਹੇ ਹੋ ਵੀਡੀਓ ਵਿੱਚ ਕਿੰਨਾ ਰੱਖਣਾ ਹੈ, ਸਾਰੇ ਪੇਚਾਂ ਦਾ ਫਾਸਲਾ ਇੰਨਾ ਹੀ ਰੱਖਣਾ ਹੈ। ਜੋ ਅਗਲਾ ਲੜ ਹਲਕਾ ਜਿਹਾ ਬੈਕ ਤੋਂ ਦੱਬ ਕੇ ਜੋ ਪਹਿਲਾਂ ਲਗਾਇਆ ਉਸਦੇ ਬਿਲਕੁਲ ਉੱਪਰੋਂ ਲਿਆ ਕੇ ਉੱਪਰੋਂ ਚੰਗੀ ਤਰ੍ਹਾਂ ਹੱਥ ਨਾਲ ਅੰਗੂਠੇ ਨਾਲ ਹੱਥ ਨਾਲ ਸਾਫ਼ ਕਰ ਲੈਣਾ ਹੈ ਅੰਗੂਠੇ ਦੀ ਉਂਗਲੀਆਂ ਨਾਲ। ਇੱਕ ਵਾਰ ਹਲਕਾ ਜਿਹਾ ਮੋੜ ਕੇ ਸਾਰੇ ਲੜ ਨੂੰ ਚੰਗੀ ਤਰ੍ਹਾਂ ਮੋਟਾ ਪਾਸਾ ਉੱਪਰ ਅਤੇ ਪਤਲਾ ਪਾਸਾ ਹੇਠਾਂ ਕਰਕੇ ਖੁੱਲਣ ਨੂੰ ਖੋਲ੍ਹ ਲੈਣਾ ਹੈ। ਖੋਲ੍ਹਣ ਤੋਂ ਬਾਅਦ ਇੱਕ ਵਾਰ ਤੁਸੀਂ ਦੇਖ ਲਿਆ ਲੜ ਨੂੰ ਮੋੜ ਲਿਆ ਅਤੇ ਉਸ ਤੋਂ ਬਾਅਦ ਅੰਗੂਠੇ ਦੇ ਉਂਗਲੀਆਂ ਨਾਲ ਫੜ ਕੇ ਲੜ ਨੂੰ ਦੋਨਾਂ ਸਾਈਡਾਂ ਤੋਂ ਮੋੜ ਦੇਣਾ ਉੱਪਰੋਂ ਅਤੇ ਨੀਚੇ ਅਤੇ ਬਾਜ ਦੇ ਨਾਲ ਜੋ ਇੰਨੇ ਆਪਾਂ ਪਹਿਲਾਂ ਲੜਾਂ ਦਾ ਫਾਸਲਾ ਰੱਖੇ ਉਹਨਾਂ ਫਾਸਲਾ ਰੱਖ ਕੇ ਲੜ ਨੂੰ ਲਗਾ ਦੇਣਾ ਹੈ। ਫਾਸਲਾ ਰੱਖਣ ਤੋਂ ਬਾਅਦ ਬੈਕ ਤੱਕ ਜੋ ਸਫਾਈ ਕਰਦੇ ਹਾਂ ਆਪਾਂ ਲੜਦੇ ਜਾਣਾ ਹੈ। ਫਰੰਟ ਤੋਂ ਬੈਕ ਤੱਕ ਜੋ ਸਫਾਈ ਆਪਾਂ ਕਰਨੀ ਹੈ। ਮੋਰਨੀ ਦਸਤਾਰ ਇੱਕ ਗੱਲ ਦਾ ਧਿਆਨ ਰੱਖਣਾ, ਜੋ ਆਪਣੀ ਚੁੰਝਾਂ ਇੱਕ ਜਗ੍ਹਾ 'ਤੇ ਇਕੱਠੀ ਕਰਨੀ ਹੈ ਆਪਾਂ। ਉਸੇ ਤਰੀਕੇ ਦੇ ਨਾਲ ਹੀ ਬੈਕ ਤੋਂ ਦੱਬ ਕੇ ਲੜਨ ਨੂੰ ਹਲਕੀ ਜਿਹੀ ਲੜਨ ਨੂੰ ਸਫਾਈ ਦੇ ਵਿੱਚ ਲਿਆ ਕੇ ਸਾਰੀ ਉੱਪਰੋਂ ਸਫਾਈ ਕਰ ਲੈਣੀ ਹੈ। ਹੇਠਾਂ ਤੱਕ ਲੜਨ ਨੂੰ ਅੱਖ ਤੱਕ ਖੋਲ੍ਹ ਕੇ ਇੱਕ ਵਾਰੀ ਹਲਕਾ ਜਿਹਾ ਮੋੜ ਦੇਣਾ ਹੈ। ਤਰੀਕਾ ਸੇਮ ਹੈ ਜੋ ਫਰੰਟ ਤੋਂ ਪਹਿਲੇ ਲੜ ਤੋਂ ਲੈ ਕੇ ਆਖਰੀ ਲੜ ਤੱਕ ਇੱਕੋ ਹੀ ਤਰੀਕਾ ਹੈ। ਇੱਕ ਵਾਰ ਲੜਨ ਨੂੰ ਖੋਲ੍ਹ ਲੈਣਾ ਹੈ ਅਤੇ ਫਿਰ ਹਲਕਾ ਜਿਹਾ ਮੋੜ ਦੇਣਾ ਇੱਕ ਵਾਰ, ਦੂਜੀ ਵਾਰ ਅੰਗੂਠੇ ਦੇ ਉਂਗਲੀਆਂ ਨਾਲ ਉਸਨੂੰ ਇਕੱਠਾ ਕਰਕੇ ਲਗਾ ਦੇਣਾ ਹੈ।
ਉਸੇ ਤਰ੍ਹਾਂ ਹੀ ਹੱਥ ਦੇ ਨਾਲ ਜੋ ਆਪਾਂ ਇੱਕ ਵਾਰ ਮੋੜ ਕੇ ਲੜ ਦੂਜੀ ਵਾਰ ਫਿਰ ਇੱਕ ਵਾਰ ਮੋੜ ਦੇਣਾ ਹੈ, ਦੋ ਵਾਰ ਮੋੜ ਕੇ ਅੰਗੂਠੇ ਅਤੇ ਉਂਗਲੀਆਂ ਨਾਲ ਇਕੱਠਾ ਕਰਕੇ ਲਗਾ ਲੈਣ ਨੂੰ ਲਗਾ ਦੇਣਾ ਹੈ। ਉੱਪਰੋਂ ਵੀ ਜੋ ਲੈਫਟ ਸਾਈਡ ਤੋਂ ਆਪਾਂ ਉੱਪਰੋਂ ਵੀ ਚੌਥੇ ਲੜ ਨੂੰ ਮੋੜਨਾ ਹੈ, ਹਲਕਾ ਹਲਕਾ ਮੋੜਦਿਆਂ ਬੈਕ ਤੱਕ ਮੋੜੀ ਜਾਣਾ ਹੈ, ਫਰੰਟ ਤੋਂ ਬੈਕ ਤੱਕ ਲੜ ਨੂੰ ਪੂਰੀ ਸਫਾਈ ਦੇ ਵਿੱਚ ਮੋੜ ਲੈਣਾ ਹੈ ਅਤੇ ਬਾਅਦ ਦੇ ਨਾਲ ਹੇਠਾਂ ਤੋਂ ਜੋ ਪੇਚ ਦੀ ਆਪਾਂ ਚੰਗੀ ਤਰ੍ਹਾਂ ਸਫਾਈ ਕਰ ਦੇਣੀ ਹੈ। ਸਫਾਈ ਕਰਨ ਤੋਂ ਬਾਅਦ ਜੋ ਲੜ ਨੂੰ ਬੈਕ 'ਤੇ ਲਿਆ ਕੇ ਹਲਕਾ ਜਿਹਾ ਉਵੇਂ ਉਸੇ ਤਰੀਕੇ ਨਾਲ ਹੀ ਦੱਬ ਦੇਣਾ ਹੈ। ਜੋ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਪਹਿਲਾਂ ਚੰਗੀ ਤਰ੍ਹਾਂ ਖੋਲ੍ਹ ਲੈਣਾ ਹੈ, ਲੜ ਨੂੰ ਖੋਲ੍ਹਣ ਤੋਂ ਬਾਅਦ ਜੋ ਆਪਾਂ ਪਹਿਲਾਂ ਲੜ ਲਗਾ ਕੇ ਹਟੇ ਹਾਂ ਉਸਦੇ ਬਿਲਕੁਲ ਉੱਪਰੋਂ ਲਿਆ ਕੇ ਲੜ ਦੀ ਪੂਰੀ ਸਫਾਈ ਕਰ ਲੈਣੀ ਹੈ। ਫਿਰ ਲੜ ਨੂੰ ਮੋੜ ਕੇ ਹੇਠਾਂ ਨੂੰ ਖਿੱਚ ਕੇ ਲੜ ਨੂੰ ਪਤਲਾ ਪਾਸਾ ਹੇਠਾਂ ਅਤੇ ਮੋਟਾ ਪਾਸਾ ਉੱਪਰ ਕਰ ਉੱਪਰ ਕਰਕੇ ਅੰਗੂਠੇ ਦੇ ਉਂਗਲੀਆਂ ਨਾਲ ਲੜ ਨੂੰ ਚੰਗੀ ਤਰ੍ਹਾਂ ਘੁੱਟ ਲੈਣਾ ਹੈ, ਘੁੱਟ ਕੇ ਇੱਕ ਚੁੰਝ ਇੱਕ ਜਗ੍ਹਾ 'ਤੇ ਇਕੱਠੀ ਕਰਕੇ ਹੀ ਲੜ ਨੂੰ ਲਗਾ ਦੇਣਾ ਹੈ। ਤੁਸੀਂ ਵੇਖੋਗੇ ਕਿ ਜੋ ਆਪਣੀ ਦਸਤਾਰ ਹੈ ਉਹ ਚੁੰਝ ਤਿੱਖੀ ਆਵੇਗੀ। ਆਪਾਂ ਲੜ ਲਗਾ ਦਿੰਦੇ ਹਾਂ ਮੋਰਨੀ ਦਸਤਾਰ ਦੇ, ਲੜ ਲਗਾਉਣੇ ਇੱਕ ਜਗ੍ਹਾ 'ਤੇ ਇਕੱਠੇ ਕਰਕੇ ਲਗਾਉਣੇ ਨੇ। ਜਿੰਨੇ ਵੀ ਵੀਡੀਓ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਵੀਰਾਂ ਤੱਕ ਵੀਡੀਓ ਪਹੁੰਚ ਸਕੇ ਜਿਨ੍ਹਾਂ ਵੀਰਾਂ ਨੂੰ ਮੋਰਨੀ ਪੱਗ ਬੰਨ੍ਹਣ 'ਚ ਕੋਈ ਪ੍ਰੋਬਲਮ ਆਉਂਦੀ ਹੈ। ਉੱਪਰੋਂ ਸਫਾਈ ਕਰਦੇ ਹਾਂ ਲੜ ਦੀ ਫਰੰਟ ਤੋਂ ਬੈਕ ਤੱਕ ਲੜ ਨੂੰ ਲਗਾ ਦੇਣਾ ਹੈ। ਬਾਅਦ ਦੇ ਨਾਲ ਚੰਗੀ ਤਰ੍ਹਾਂ ਪੇਚ ਦੀ ਫਰੰਟ ਤੋਂ ਬੈਕ ਤੱਕ ਸਫਾਈ ਕਰ ਦੇਣੀ ਹੈ। ਉਹਨੇ ਦਸਤਾਰ ਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਹੈ ਜੋ ਪੇਚਾਂ ਨੂੰ ਫਾਸਲਾ ਵੱਧ ਨਹੀਂ ਦੇਣਾ ਅਤੇ ਚੁੰਝ ਇੱਕ ਜਗ੍ਹਾ 'ਤੇ ਇਕੱਠੀ ਕਰਕੇ ਰੱਖਣੀ ਹੈ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤੁਹਾਡੇ ਇੱਕ ਸ਼ੇਅਰ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ, ਸਾਡਾ ਉਤਸ਼ਾਹ ਵੱਧਦਾ ਹੈ। ਅਸੀਂ ਹੋਰ ਪੱਗਾਂ ਦੀਆਂ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਜੋ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਪਹਿਲਾਂ ਚੰਗੀ ਤਰ੍ਹਾਂ ਖੋਲ੍ਹ ਲੈਣਾ ਹੈ,
ਬੈਗ ਤੋਂ ਦੱਬ ਕੇ ਅੱਖ ਤੱਕ ਪੂਰੀ ਲੜ ਨੂੰ ਖੋਲ੍ਹ ਕੇ ਪੂਰੀ ਸਫਾਈ ਦੇ ਵਿੱਚ ਉੱਪਰੋਂ ਹੱਥ ਦੇ ਨਾਲ ਪੂਰੀ ਲੜ ਦੀ ਜੋ ਆਪਣੇ ਉੱਪਰਲੇ ਪੇਚ ਨੇ ਉਹਨਾਂ ਦੀ ਵੀ ਸਫਾਈ ਕਰ ਲੈਣੀ ਹੈ। ਉਹਨਾਂ ਦੀ ਸਫਾਈ ਬਹੁਤ ਜ਼ਰੂਰੀ ਹੈ ਤਾਂ ਜੋ ਆਪਣੀ ਪੱਗ ਦੀ ਸ਼ੇਪ ਪ੍ਰੋਪਰ ਆ ਸਕੇ। ਇਹ ਲੜ ਨੂੰ ਪੂਰੀ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣਾ ਹੈ। ਕਈ ਵੀਰਾਂ ਦਾ ਜੋ ਇਹ ਲੜ ਹੈ ਸੈੱਟ ਨਹੀਂ ਆਉਂਦਾ, ਤਾਂ ਜੋ ਉਹ ਵੀਰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣ ਦੇਖਿਆ ਕਰਨ। ਸਾਰੇ ਵੀਰਾਂ ਨੂੰ ਦਾ ਹੀ ਸਾਰੇ ਵੀਰਾਂ ਨੂੰ ਮੇਰਾ ਇਹੀ ਕਹਿਣਾ ਹੈ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੋ ਵੀਡੀਓ ਦੇਖਿਆ ਕਰੋ, ਜੋ ਵੀਡੀਓ ਵਿੱਚ ਗੱਲਾਂ ਦੱਸੀਆਂ ਜਾਂਦੀਆਂ ਨੇ ਉਹਨਾਂ ਦਾ ਧਿਆਨ ਰੱਖਿਆ ਕਰੋ, ਤੁਹਾਡੀ ਪੱਗ ਵਿੱਚ ਹੋਰ ਮੂਵਮੈਂਟ ਹੋਵੇਗੀ। ਦੋਨਾਂ ਸਾਈਡੋਂ ਫੋਲਡ ਕਰਕੇ ਲੜ ਨੂੰ ਲਗਾ ਦੇਣਾ ਹੈ। ਮੋਟਾ ਪਾਸਾ ਉੱਪਰ ਰੱਖਣਾ ਹੈ ਪੱਗ ਦਾ, ਜੋ ਪਤਲਾ ਪਾਸਾ ਹੇਠਾਂ ਰੱਖਣਾ ਹੈ ਪੂਣੀ ਦਾ। ਹਲਕਾ ਜਿਹਾ ਲੜ ਨੂੰ ਲੜ ਦੇ ਅੱਧ ਜੋ ਫੜ ਲੈਣਾ ਹਲਕਾ ਜਿਹਾ ਪੇਚ, ਉਸਨੂੰ ਹੇਠਾਂ ਨੂੰ ਖਿੱਚ ਕੇ ਦੋ ਵਾਰ ਲੜ ਨੂੰ ਮੋੜ ਦੇਣਾ ਹੈ। ਪੂਰੀ ਸਫਾਈ ਦੇ ਵਿੱਚ ਜੋ ਆਪਣੀ ਚੁੰਝ ਹੈ ਉਹਨੂੰ ਰੱਖਣਾ ਹੈ। ਚੁੰਝ ਨੂੰ ਜੋ ਜ਼ਿਆਦਾ ਆਪਾਂ ਚੌੜਾਈ ਵਿੱਚ ਨਹੀਂ ਲੈ ਕੇ ਜਾਣਾ, ਬਿਲਕੁਲ ਬਰੀਕ ਹੀ ਰੱਖਣਾ ਹੈ। ਉੱਪਰੋਂ ਵੀ ਸਫਾਈ, ਜਿੰਨਾ ਲੜ ਆਪਾਂ ਹੇਠਾਂ ਤੋਂ ਲੁਕਾਉਣਾ ਉਨਾ ਹੀ ਉੱਪਰੋਂ ਸਫਾਈ ਕਰੀ ਜਾਣੀ ਹੈ। ਫਰੰਟ ਤੋਂ ਬੈਕ ਤੱਕ ਉੱਪਰ ਲੜ ਦੀ ਸਫਾਈ ਕਰਦੇ ਹਾਂ। ਜੋ ਬੈਕ ਤੋਂ ਆਪਾਂ ਪੂਣੀ ਪੱਗ ਨੂੰ ਉੱਪਰ ਨੂੰ ਨਹੀਂ ਲੈ ਕੇ ਜਾਣਾ, ਹੇਠਾਂ ਨੂੰ ਰੱਖਣਾ ਹੈ ਤਾਂ ਜੋ ਆਪਣੀ ਪੱਗ ਮੋਰਨੀ ਦੀ ਸ਼ੇਪ ਵਿੱਚ ਆ ਸਕੇ। ਪੋਚਵੀ ਦਸਤਾਰ ਵੀ ਆਪਾਂ ਬੋਲ ਦਿੰਦੇ ਹਾਂ। ਬਾਜ ਦੇ ਨਾਲ ਚੰਗੀ ਤਰ੍ਹਾਂ ਜੋ ਆਪਣੇ ਪੇਚਾਂ ਦੀ ਸਫਾਈ ਕਰ ਲੈਣੀ ਹੈ। ਪੱਗ ਆਪਣੀ ਜਰਾ ਤਕਰੀਬਨ ਪੂਰੀ ਹੋ ਚੁੱਕੀ ਹੈ। ਜੋ ਚੁੰਝ ਹੈ ਉਸਨੂੰ ਹੱਥ ਦੇ ਨਾਲ ਅੰਗੂਠੇ ਦੀ ਉਂਗਲੀਆਂ ਨਾਲ ਇੱਕ ਵਾਰ ਘੁੱਟ ਲੈਣਾ ਹੈ। ਉੱਪਰਲੇ ਲੜਾਂ ਦੀ ਵੀ ਇੱਕ ਵਾਰ ਹੱਥਾਂ ਦੇ ਹੱਥ ਨਾਲ ਦੋਨਾਂ ਸਾਈਡਾਂ ਤੋਂ ਸਫਾਈ ਕਰ ਲੈਣੀ ਹੈ। ਆਪਾਂ ਬਾਜ ਦੀ ਵਰਤੋਂ ਕਰ ਸਕਦੇ ਹਾਂ, ਲੇਕਿਨ ਵੀਡੀਓ ਵਿੱਚ ਬਾਜ ਦੀ ਵਰਤੋਂ ਨਹੀਂ ਕੀਤੀ ਗਈ। ਹੱਥ ਦੇ ਨਾਲ ਹੀ ਸਾਰੇ ਪੇਚਾਂ ਦੀ ਸਫਾਈ ਕਰ ਲਈ ਹੈ। ਚੁੰਝ ਨੂੰ ਇੱਕ ਵਾਰ ਹੱਥ ਦੇ ਨਾਲ ਘੁੱਟ ਲੈਣਾ ਤਾਂ ਜੋ ਆਪਣੀ ਚੁੰਝ ਉੱਪਰ ਨੂੰ ਨਾ ਜਾਵੇ, ਬਿਲਕੁਲ ਤਿੱਖੀ ਆਵੇ। ਸਾਰੇ ਲੜਾਂ ਦੀ ਇੱਕ ਵਾਰ ਪੇਚਾਂ ਦੀ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਫਾਈ ਕਰ ਲੈਣੀ ਹੈ। ਜਿੱਥੋਂ ਕਿਤੋਂ ਆਪਾਂ ਨੂੰ ਲੱਗਦਾ ਕਿ ਵੱਟ ਪਏ ਹੋਏ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ, ਸਾਫ਼ ਕਰ ਲੈਣਾ ਹੈ।
ਜੋ ਆਪਾਂ ਲਾਸਟ ਲੜ ਲਗਾਉਣਾ ਹੈ ਇਸ ਲੜ ਦਾ ਬਹੁਤ ਧਿਆਨ ਰੱਖਿਓ। ਕਈ ਵੀਰ ਬਹੁਤ ਜ਼ਿਆਦਾ ਵੀਰਾਂ ਦਾ ਇਹ ਲੜ ਖਰਾਬ ਹੋ ਜਾਂਦਾ ਹੈ, ਉਹਨਾਂ ਨੂੰ ਕਿਤੋਂ ਸਲਿਊਸ਼ਨ ਨਹੀਂ ਮਿਲਦਾ ਇਹਨਾਂ ਦਾ। ਉਮੀਦ ਹੈ ਕਿ ਉਹਨਾਂ ਨੂੰ ਇਸ ਵੀਡੀਓ ਵਿੱਚ ਉਹਨਾਂ ਇਸ ਲੜ ਦਾ ਸਲਿਊਸ਼ਨ ਮਿਲ ਜਾਵੇਗਾ। ਜੋ ਆਪਾਂ ਲਾਸਟ ਲੜ ਲਗਾਉਣ ਲੱਗੇ ਕੋਈ ਕਾਹਲੀ ਨਹੀਂ ਕਰਨੀ, ਬਿਲਕੁਲ ਆਰਾਮ ਨਾਲ ਜੋ ਆਪਾਂ ਇਹ ਲੜ ਲਗਾਉਣਾ ਹੈ। ਹੱਥ ਦੇ ਨਾਲ ਜੋ ਉੱਪਰਲੇ ਪਿੰਚ ਨੇ ਉਹਨਾਂ ਨੂੰ ਆਪਾਂ ਹਲਕੇ ਹਲਕੇ ਪਿੰਚ ਕਰ ਸਕਦੇ ਹਾਂ। ਜੋ ਆਪਾਂ ਲਾਸਟ ਲੜ ਲਗਾਉਣਾ ਪੱਗ ਪਿੰਨ, ਜੋ ਆਪਾਂ ਛੇਵਾਂ ਲੜ ਲਗਾ ਕੇ ਹਟੇ ਹਾਂ ਉਸ 'ਤੇ ਬਿਲਕੁਲ ਨੀਚੇ ਪੱਗ ਪਿੰਨ ਲਗਾਉਣਾ ਹੈ ਨੱਕ ਦੀ ਸੇਧ 'ਚ ਸੈਂਟਰ 'ਚ।
ਸਤਿ